ਚੰਨ ਪ੍ਰਦੇਸੀ ਰੇੜੀ ਦੇ ਸਤਿਕਾਰ ਸਰੋਤੇ ਤੇ ਹੁਣ ਮਿਲਾਪ ਤੁਹਾਡਾ ਕਰਾਉਂਦੇ ਮੋਗੇ ਦੇ ਨਾਲ ਤੇ ਮੋਗਾ ਤੋਂ ਡਾਕਟਰ ਅਮਰੀਕ ਸਿੰਘ ਕੰਡਾ ਸਾਡੇ ਨਾਲ ਜੁੜ ਚੁੱਕੇ ਨੇ। ਕੰਡਾ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਹੋ ਸਤਿ ਸ੍ਰੀ ਅਕਾਲ, ਕੀ ਹਾਲ ਮੋਗੇ ਵਾਲੇ? ਹੋ ਬਸ ਠੀਕ ਠਾਕ ਹੈ ਜੀ, ਵਧੀਆ। ਕਿਵੇਂ ਰਿਹਾ ਦਿਨ ਫਿਰ ਅੱਜ? ਬੱਦਲਵਾਈ ਬਣੀ ਰਹੀ ਕੰਡਾ ਸਾਹਿਬ, ਇੱਧਰ ਤਾਂ ਤੁਹਾਡੇ ਕਿਵੇਂ ਰਿਹਾ ਮੌਸਮ? ਠੰਡ ਹੈ ਜੀ, ਸੂਰਜ ਦੇਵਤਾ ਦੇ ਦਰਸ਼ਨ ਘੱਟ ਹੀ ਹੋਏ ਲੱਗਦਾ। ਹਾਂਜੀ, ਉਹ ਵੱਲੇ ਡੈਮ ਜੀ ਸੀ, ਧੁੱਪ ਵੀ ਅੱਜ ਮੱਧਮ ਸੀਗੇ ਨਾ, ਠੰਡ ਦਾ ਪ੍ਰਕੋਪ ਇੱਕ ਵਾਰੀ ਫਿਰ ਵਧਿਆ, ਪਹਾੜਾਂ ਦੇ ਵਿੱਚ ਬਰਫਬਾਰੀ ਹੈ ਤੇ ਠੰਡ ਚ ਫਿਰ ਰਜਾਈ ਚ ਪੈ ਕਿਹਦਾ ਕੰਡਾ ਕੱਢਿਆ ਅੱਜ? ਰਜਾਈ ਚ ਸਵੇਰੇ ਅਖਬਾਰ ਪੜ੍ਹਦੇ ਪੜ੍ਹਦੇ ਮਾਘੀ ਸਪੈਸ਼ਲ। ਅੱਛਾ, ਮਾਘੀ ਸਪੈਸ਼ਲ ਆ, ਮਾਘੀ ਤੇ ਜਿਹੜੀ ਵੈਸੇ ਮਿੱਟੀ ਦਾ ਮਾਤਾ ਰਾਣੀ ਦੇ ਲੋਕੀ ਕੱਢਣ ਜਾਂਦੇ ਆ ਜਾਂ ਛਪਾਰ ਦੇ ਮੇਲੇ ਤੇ, ਪਰ ਹੁਣ ਮਾਘੀ ਦੇ ਜਿਹੜੀ ਮਿੱਟੀ ਕੱਢਣ ਦਾ ਨਹੀਂ, ਮਿੱਟੀ ਪੱਟਣ ਦਾ ਸਿਲਸਿਲਾ ਬਹੁਤ ਵਧਾਤਾ ਸਿਆਸਤਦਾਨਾਂ ਨੇ ਜੀ। ਬਿਲਕੁਲ ਲੋ ਜੀ, ਮਾਘੀ ਸਪੈਸ਼ਲ ਪੇਜ ਆ, ਚਾਰ ਲੈਣਾ ਆਉਣ ਦਿਓ। ਚਿੱਟੇ ਨੀਲੇ ਪੀਲੇ ਨਖੇੜੀ ਰੱਖਦੇ, ਚਿੱਟੇ ਨੀਲੇ ਪੀਲੇ ਨਖੇੜੀ ਰੱਖਦੇ, ਲਾਲਾ ਗੁੱਜੀਆਂ ਅੱਗਾਂ, ਨਾ ਜਾਣ ਸੁਣੇ ਇਹ ਭਾਸ਼ਣ ਜੀ, ਨਾ ਜਾਣ ਸੁਣੇ ਇਹ ਭਾਸ਼ਣ ਕਰਦੇ, ਸਭ ਮੂੰਹੋਂ ਉਗਲਣ ਝੱਗਾ, ਨਾ ਜਾਣ ਸੁਣੇ ਇਹ ਭਾਸ਼ਣ ਕਰਦੇ, ਸਭ ਮੂੰਹੋਂ ਉਗਲਣ ਝੱਗਾ, ਪੀਰ ਪੈਸੇ ਦੇ ਨਿਰਾ ਠੱਗ ਮਸਾਲਾ, ਪੀਰ ਪੈਸੇ ਦੇ ਨਿਰਾ ਠੱਗ ਮਸਾਲਾ, ਬਸ ਸੂਰਤ ਬਦਲੀ ਠੱਗਾ, ਕੰਡਿਆ ਇੱਕੋ ਬੋਤਲ ਇੱਕੋ ਠੂਠੀ, ਬਸ ਬਦਲੀਆਂ ਹੋਈਆਂ ਪੱਗਾਂ। ਸਹੀ ਗੱਲ, ਕੰਡਿਆ ਇੱਕੋ ਬੋਤਲ ਇੱਕੋ ਠੂਠੀ, ਬਸ ਬਦਲੀਆਂ ਹੋਈਆਂ ਪੱਗਾਂ ਜੀ। ਸੱਚ ਹੈ ਜੀ, ਬਿਲਕੁਲ। ਇਹ ਸੀ ਜੀ ਮਾਘੀ ਸਪੈਸ਼ਲ ਜੀ। ਇੱਕ ਸੋਸ਼ਲ ਸਾਈਟਾਂ ਦਾ ਲੋਕ ਫਾਇਦਾ ਫੁਇਦਾ ਲੈਂਦੇ ਨੇ ਜੀ, ਤੇ ਇੱਕ ਆਪਣੇ ਜਿਹੜੇ ਬੰਦੇ ਰਿਟਾਇਰ ਹੋ ਜਾਂਦੇ ਨੇ, ਕੋਈ 60 ਸਾਲ ਦਾ, ਕੋਈ 65 ਸਾਲ ਦਾ, 70 ਸਾਲ ਦਾ, ਸਾਰੇ ਫੇਸਬੁੱਕ ਤੇ ਆ ਗਏ ਜੀ। ਚੰਗੀ ਗੱਲ ਹੈ ਜੀ, ਟਾਈਮ ਪਾਸ ਹੋ ਜਾਂਦਾ। ਹਾਂਜੀ ਵਧੀਆ, ਪਰ ਉਹ ਸਿਹਤ ਦਾ ਵੀ ਧਿਆਨ ਰੱਖਣ, ਤੇ ਉਹਦੇ ਨਾਲ ਮੈਂ ਲਿਖਿਆ ਜੀ ਰਿਟਾਇਰ ਹੀਰ ਹਾਂਜਾ। ਅੱਛਾ, ਹਾਂਜੀ ਰਿਟਾਇਰਡ ਹੀਰ ਰਾਂਝਾ ਕੀ ਕਰਦੇ ਨੇ ਉਹ ਸੁਣੇ ਜਿਹੜਾ। ਹੀਰ ਆਖਦੀ ਕੋਈ ਕੋਟੀ ਸਵੈਟਰ ਪਾ ਲੋ, ਹੀਰ ਆਖਦੀ ਕੋਈ ਕੋਟੀ ਸਵੈਟਰ ਪਾ ਲੋ, ਹੋ ਗਿਆ ਸਰੀਰ ਤੁਹਾਡਾ ਸਿਆਣਾ ਰਾਂਝਾ ਜੀ ਜੀ। ਹੀਰ ਆਖਦੀ ਕੋਈ ਕੋਟੀ ਸਵੈਟਰ ਪਾ ਲੋ, ਹੋ ਗਿਆ ਸਰੀਰ ਤੁਹਾਡਾ ਸਿਆਣਾ ਰਾਂਝਾ ਜੀ, ਠੰਡ ਨਾ ਲਵਾ ਲਿਓ ਛਾਤੀ ਜਾਮ ਨਾ ਕਰਾ ਲਿਓ, ਠੰਡ ਨਾ ਲਵਾ ਲਿਓ ਛਾਤੀ ਜਾਮ ਨਾ ਕਰਾ ਲਿਓ, ਛੱਡੋ ਚਲਾਕੀਆਂ ਬਣੋ ਬੀਬਾ ਰਾਣ ਰਾਂਝਾ ਜੀ ਜੀ। ਉਹ ਕਹਿੰਦੀ ਫਿਸ਼ ਫਰਾਈ ਚਿਕਨ ਪਕੌੜਾ ਛੱਡੋ ਤਲਿਆ ਮਲਿਆ ਜੀ, ਫਿਸ਼ ਫਰਾਈ ਚਿਕਨ ਪਕੌੜਾ ਛੱਡੋ ਤਲਿਆ ਮਲਿਆ, ਖਾਇਆ ਕਰੋ ਸਾਦਾ ਖਾਣਾ ਰਾਂਝਾ ਜੀ, ਫੇਸਬੁੱਕ ਅਸਲੀ ਫੋਟੋ ਪਾਓ। ਹਾਂ, ਉਹ ਕਹਿੰਦੀ ਫੇਸਬੁੱਕ ਅਸਲੀ ਫੋਟੋ ਪਾਓ, ਸਰਵਾਈਕਲ ਹੈ ਤਾਂ ਕਾਲਰ ਲਾਓ, ਫੇਸਬੁੱਕ ਅਸਲੀ ਫੋਟੋ ਪਾਓ, ਸਰਵਾਈਕਲ ਹੈ ਤਾਂ ਕਾਲਰ ਲਾਓ, ਛੱਡੋ ਲੈਣਾ ਸਰਾਣਾ ਰਾਂਝਾ ਜੀ। ਕਿਹੜੀ ਸੈਰ ਤੇ ਜਾਓ, ਸਾਰਾ ਦਿਨ ਫੇਸਬੁੱਕ ਨਾ ਚਲਾਓ, ਆ ਸੁਣਿਓ ਜਿਹੜਾ, ਕਹਿੰਦੀ ਸੈਰ ਤੇ ਜਾਓ, ਸਾਰਾ ਦਿਨ ਫੇਸਬੁੱਕ ਨਾ ਚਲਾਓ, ਫੁੱਲ ਹੋਇਆ TMC ਲੁਧਿਆਣਾ ਰਾਂਝਾ ਜੀ, ਠੰਡ ਬਹੁਤ ਆ ਜੀ, ਸਾਰੇ ਬੁੜੇ ਪਹੁੰਚ ਗਏ। ਕਹਿੰਦੇ ਨਾ ਝੂਠੇ ਸਟੇਟਸ ਪਾਓ, ਨਾ BP ਸ਼ੂਗਰ ਵਧਾਓ, ਕਹਿੰਦੇ ਨਾ ਝੂਠੇ ਸਟੇਟਸ ਪਾਓ, ਨਾ BP ਸ਼ੂਗਰ ਵਧਾਓ, ਬਚੋ ਕੰਡੇ ਤੋਂ, ਬੜਾ ਤਿੱਖਾ ਮਰ ਜਾਣਾ ਰਾਂਝਾ ਜੀ। ਨਾਲ ਵੀ ਕੰਡਾ ਕੱਢ ਹੀ ਦਿੱਤਾ ਫਿਰ ਅੱਜ। ਹਾਂਜੀ, ਉਹ ਕਾਫੀ ਜ਼ਿਆਦਾ ਬੈਠਦੇ ਨੇ, ਕਈ ਸਾਡੇ ਅੰਕਲ ਨੇ ਉਹ ਤਾਂ ਢੱਡਣਾ ਹੀ ਬੰਨੀ ਫਿਰਦੇ ਨੇ, ਬਾਹਰੋਂ ਇੱਕ ਚਪੇਟ ਜੀ ਲਏ ਵੱਡੀ ਸਾਰੀ, ਆਹੋ ਉਹ ਨਾਲ ਹੀ ਰੱਖੀ ਫਿਰਦੇ। ਮੈਂ ਅੰਕਲ ਇਹ ਕੀ ਕਹਿੰਦਾ, ਜਦੋਂ ਮਰਜ਼ੀ ਦੇਖੋ ਸੋਸਾਇਟਸ ਲੈ, ਮੈਂ ਕਿਹਾ ਸੌਂ ਵੀ ਜਾਇਆ ਕਰੋ। ਇਹ ਤਾਂ ਐਡਿਕਸ਼ਨ ਹੋ ਗਈ ਕੰਡਾ ਸਾਹਿਬ ਵੈਸੇ, ਚਲੋ ਟਾਈਮ ਪਾਸ ਦਾ, ਇਨਫੋਰਮੇਸ਼ਨ ਦਾ ਵਧੀਆ ਜ਼ਰੀਆ, ਇਹ ਵੀ ਜਿਹੜਾ ਇੱਕ ਸੱਥ ਹੈ ਆਪਣੇ ਆਪ ਦੇ ਵਿੱਚ ਫੇਸਬੁੱਕ ਵੀ, ਕਿਉਂਕਿ ਅੱਗੇ ਸੱਥਾਂ 'ਚ ਇਹ ਚੀਜ਼ਾਂ ਹੁੰਦੀਆਂ ਸੀ, ਟੁੱਟ ਕੇ ਜਾਣਾ ਪੈਂਦਾ ਸੀ, ਹੁਣ ਤੇ ਰਜਾਈ 'ਚ ਹੀ ਸੱਥ ਬਣੀ ਹੋਈ ਹੈ ਜੀ। ਜੀ ਕਰਦਾ ਔਨਲਾਈਨ ਹੋ ਜਾਓ, ਜੀ ਕਰਦਾ ਸਕਾਈਪ 'ਤੇ ਆ ਜਾਓ, ਹੈ ਨਾ, ਸੋਸ਼ਲ ਸਾਈਟਸ 'ਤੇ ਆ ਜਾਓ, ਨਹੀਂ ਬੂਥੀ ਬੁੱਕ ਤਾਂ ਕਿਤੇ ਗਈ ਨਹੀਂ। ਹਾਂ, ਵੈਸੇ ਸਦ ਉਪਯੋਗ ਇਸ ਦਾ ਕੀਤਾ ਜਾਵੇ, ਕਮਿਊਨੀਕੇਸ਼ਨ ਦਾ ਜਿਹੜਾ ਵਧੀਆ
ਜ਼ਰੀਆ ਹੈਗਾ ਜੀ। ਜੀ ਇੱਕ ਜੀ ਹਾਂਜੀ ਹਾਂਜੀ ਜੀ ਜੀ ਆਉਣ ਦਿਓ। ਇੱਕ ਮੈਂ ਚਾਰ ਲਾਈਨ ਲਿਖਿਆ ਸੀ ਉਹ ਆਪਣੇ ਬਾਬਾ ਵਾਸਤੇ ਤੇ ਜਿਹੜੇ ਅਨਪੜ੍ਹ ਬਾਬੇ ਬਣੇ ਹੋਏ ਨੇ ਉਹਦਾ ਹੈਗਾ ਇੱਕ ਬਾਬਾ ਵਛੇਰਾ। ਬਾਬਾ ਵਛੇਰਾ ਸੁਣਿਓ ਚੌਥੀ ਫੇਲ ਹੋ ਗਿਆ ਗੁੱਸੇ ਚ ਮਾਰਤਾ ਮਾਸਟਰ ਐਡਾ ਸੀ ਜੇਰਾ। ਚੌਥੀ ਫੇਲ ਹੋ ਗਿਆ ਗੁੱਸੇ ਚ ਮਾਰਤਾ ਮਾਸਟਰ ਐਡਾ ਸੀ ਜੇਰਾ। ਦਸ ਸਾਲ ਰਿਹਾ ਜੇਲੇ ਦਸ ਸਾਲ ਰਿਹਾ ਜੇਲੇ ਫਿਰ ਆ ਕੇ ਖੋਲ ਲਿਆ ਸੀ ਡੇਰਾ। ਸਿਆਸੀ ਗਿਦੜਾਂ ਹੱਥ ਮਿਲਾ ਲਏ ਸਿਆਸੀ ਗਿਦੜਾਂ ਹੱਥ ਮਿਲਾ ਲਏ ਬਣ ਗਿਆ ਬਾਬਾ ਵਛੇਰਾ। ਕਈ ਬੀਬੀਆਂ ਪਾਰ ਲਾਤੀਆਂ ਕਈ ਬੀਬੀਆਂ ਪਾਰ ਲਾਤੀਆਂ ਚਾਨਣ ਚ ਵਿਖਾ ਹਨੇਰਾ। ਬਾਬੇ ਦੀਆਂ ਤਲੀਆਂ ਚੱਟਣ ਜੀ ਬਾਬੇ ਦੀਆਂ ਤਲੀਆਂ ਚੱਟਣ ਬੁੜੀਆਂ ਕੁੜੀਆਂ ਪਾਇਆ ਘੇਰਾ। ਤਲੀਆਂ ਕਾਹਦੀਆਂ ਕੰਡਾ ਸਾਹਿਬ ਖੋੜੜੇ ਚੱਟਦੇ ਆ ਪੈਰਾਂ ਦੀਆਂ ਜੀ। ਨਾਲਾਂ ਦੀਆਂ ਬਨ ਆਵਣ ਡਾਲਾਂ ਨਾਲਾਂ ਦੀਆਂ ਬਨ ਆਵਣ ਡਾਲਾਂ ਬਾਬੇ ਬੰਨਣਾ ਪੈਂਦਾ ਸਿਰ। ਨਾਲਾਂ ਦੀਆਂ ਬਨ ਆਵਣ ਡਾਲਾਂ ਬਾਬੇ ਬੰਨਣਾ ਪੈਂਦਾ ਸਿਰ। ਕੁੰਡਾ ਕਰ ਗਿਆ ਕਈਆਂ ਦਾ ਕੁੰਡਾ ਕਰ ਗਿਆ ਕਈਆਂ ਦਾ ਕੰਡੇ ਰੌਲਾ ਪਾਇਆ ਬਥੇਰਾ ਜੀ। ਇਹ ਸੀ ਜੀ ਬਾਬਾ ਵਛੇਰਾ। ਬਾਬਾ ਵਛੇਰਾ ਕਿਆ ਬਾਤ ਹੈ। ਮੇਰਾ ਮੋਬਾਈਲ ਨੰਬਰ ਹੈ 9855735666 ਈਮੇਲ ਹੈ askandamoga@gmail.com ਜੀ। ਮਿਹਰਬਾਨੀ ਕੰਡਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਕੰਡੇ ਕੱਢਦੇ ਰਹੋ ਮਿਹਰਬਾਨੀ ਤੁਹਾਡੀ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ ਇਹ ਸਨ ਡਾਕਟਰ ਅਮਰੀਕ ਸਿੰਘ ਕੰਡਾ ਜੁੜੇ ਸੀ ਮੋਗਾ ਤੋਂ ਕੰਡੇ ਦਾ ਕੰਡਾ ਲੈ ਕੇ।